ਮਾਤਾ ਜੀ ਕੀ ਨਾਂ ਤੁਹਾਡਾ? ਚਰਨਜੀਤ। ਪਿੰਡ ਕਿਹੜਾ? ਸੁਰ ਸਿੰਘ। ਕੀ ਗੱਲ ਹੋਈ ਆ ਜਿਹੜੇ ਡੰਗਰ ਮਰੇ ਪਏ? ਆਹ ਫਿਰ ਬੱਤੀ ਪਈ ਆ। ਹਾਂ, ਟਾਹਲੀਆਂ ਥੱਲੇ ਵੱਧੇ ਸੀ ਡੰਗਰ ਤੇ ਬੱਤੀ ਉੱਤੋਂ ਪਈ ਆ ਤੇ ਗਾਂ ਤੇ ਮੱਝ ਦੋਵੇਂ ਮੁੱਕ ਗਈਆਂ। 88,000 ਦੀ ਅਸੀਂ ਮੱਝ ਲਈ ਆ। ਕਿੰਨਾ ਚਿਰ ਹੋ ਗਿਆ ਲਈ ਨੂੰ? ਐ ਥੋੜਾ ਚਿਰ ਹੀ ਹੋਇਆ ਅਜੇ ਲਈ ਨੂੰ। ਤੇ ਮੱਝ ਸੂਈ ਨੂੰ ਕਿੰਨੇ ਦਿਨ ਹੋਏ? ਸੂਈ ਨੂੰ ਹੋ ਗਿਆ ਹੁਣ ਮਹੀਨਾ ਕੁ। ਹਾਂ, ਵਾਵਾ ਦੁੱਧ ਦਿੰਦੇ ਸੀ? ਹਾਂ, ਦੁੱਧ ਬੜਾ ਦਿੰਦੀ ਸੀਗੀ। ਤੇ ਗਾਂ ਕਿੰਨੇ ਚਿਰ ਤੱਕ ਸੂਈ? ਗਾਂ 15 ਦਿਨਾਂ ਤੱਕ। ਹੁਣ ਕੀ ਮੰਗ ਕਰਦੇ ਹੋ? ਸਾਡੀ ਇਹੋ ਹੀ ਬੇਨਤੀ ਸਰਕਾਰ ਗਾੜੀ ਵੀ ਸਾਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ। ਹਾਂਜੀ, ਚਲੋ। ਆ ਵੀਰੇ, ਕੀ ਨਾਂ ਤੁਹਾਡਾ? ਅਮਰਤਪਾਲ ਜੀ। ਕੀ ਗੱਲ ਹੋਈ ਵੀਰੇ? ਵੀਰ ਜੀ, ਅਸਮਾਨੀ ਬੱਤੀ ਪਈ ਇਹਨਾਂ। ਹਾਂਜੀ, ਟਾਹਲੀਆਂ ਥੱਲੇ ਬੰਨੇ ਤੇ ਦੋਵੇਂ ਗਾਂ ਤੇ ਮੱਝ ਦੋਵੇਂ ਮਰ ਗਏ ਜੀ। ਹਾਂਜੀ, ਤੇ ਜੋ ਵੀ ਸਰਕਾਰ ਨੂੰ ਮੁਆਵਜ਼ਾ ਉਹ ਸਾਨੂੰ ਦਿੱਤਾ ਜਾਵੇ। ਜੋ ਵੀ ਆ ਸਾਡਾ ਗੁਜ਼ਾਰਾ ਦੁੱਧ ਦੇ ਸਿਰ ਤੇ ਚੱਲਦਾ। ਚਲੋ, ਖੇਤੀਬਾੜੀ ਦੇ ਸਾਡੀ 19 ਕੀ ਆ ਜਿੰਨੀ ਵੀ ਆ, ਬਾਕੀ ਚਲੋ ਜੋ ਸਰਕਾਰ ਮੁਆਵਜ਼ਾ ਦੂ ਚਲੋ ਕਬੂਲ ਆ। ਮੁਆਵਜ਼ਾ ਦੂ ਉਹ ਕਬੂਲ ਆ ਜੀ।